ਕਿ ਕੰਨਾਂ ਡੇਵਣ ਦੀ ਵਜ੍ਹਾ ਤਾਂ ਮੈਂ ਥੋਕ ਦੱਸੀਏ ਵੀ ਸਾਡੀ ਪਾਰਟੀ ਨੇ ਉਹਨਾਂ ਨਾਲ ਜਿਹੜੇ ਮੋਨਾ ਰਫੀ ਨੇ ਉਹਨਾਂ ਨਾਲ ਟਿਕਟ ਡੇਵਣ ਦਾ ਵਾਅਦਾ ਕੀਤਾ, ਕਿਉਂਕਿ ਉਹਨਾਂ ਕੋਲ ਪੀ ਟੀ ਆਈ ਦਾ ਡੇਵੇ ਕਹਿਣਾ ਟਿਕਟ, ਉਹਨਾਂ ਕੋਲ ਟਿਕਟ ਮਿਲ ਗਈ ਹੈ। ਵਾਲ ਸਾਹਿਬ ਕੁਦਰ ਨਾ ਦੇ ਸਕਦੇ ਹਨ, ਮਜਬੂਰ ਹਨ, ਉਹ ਆਪਣੇ ਅਹਿਦ ਮੁਹਿਦ ਦਿੱਤਾ, ਉਹਨਾਂ ਕੋਲ ਦੇ ਦਿੱਤੀ ਹੈ ਟਿਕਟ ਚੌਧਰੀ ਜ਼ਬਾਰ ਹੁਸੈਨ ਸਾਹਿਬ ਕੋਲ ਜੋ ਉਹਨਾਂ ਦੇ ਉਮੀਦਵਾਰ ਹਨ। ਅਸਾਂ ਆ ਕੇ ਬਲ ਠੀਕ ਹੈ, ਅਸਾਂ ਲੜਸੂ ਇਲੈਕਸ਼ਨ ਇਵੇਂ ਵੱਲ, ਜਿਹੜੇ ਸਾਡੇ ਹੁਸੈਨ ਮੀਆਂ ਮੁਹੰਮਦ ਰਫੀਕ ਦੇ ਮੀਆਂ ਸ਼ਫੀਕ, ਉਹ ਅਸਾਂ ਆਪਸ ਵਿੱਚ ਅਮੂਮਨ ਇਲੈਕਸ਼ਨ ਲੜਦੇ ਰਹੇ ਹਾਂ ਮੁਖਾਲਫਤ ਵਿੱਚ, ਲੇਕਿਨ ਸਾਡੇ ਤਾਲੁਕਾਤ ਜਿਹੜੇ ਹਨ ਉਹ ਬਹੁ ਅੱਛੇ ਹਨ, ਖਾਨਦਾਨੀ ਤਾਲੁਕਾਤ ਹਨ, ਉਹੀ ਸ਼ਰੀਫ ਆਦਮੀ ਹਨ ਬਹੁ ਦੇ, ਉਹੀ ਸਾਡੀ ਕਦਰ ਕਰੇ ਹਨ। ਉਹ ਆ ਗਏ ਨੇ ਉਹਨਾਂ ਆ ਕੇ ਮੀਆਂ ਅੱਗੇ ਤਾਂ ਜੋ ਕੁਝ ਆਈ ਹੋਣ ਤੁਸੀਂ ਸਾਡੇ ਨਾਲ ਰਲ ਕੇ ਇਲੈਕਸ਼ਨ ਲੜੋ, ਸਾਡੇ ਦੋਸਤ ਹਨ, ਅਸਾਂ ਆ ਕੇ ਚਲੋ ਠੀਕ ਹੈ ਬਈ ਇਕੱਠੇ ਰਲ ਕੇ ਇਲੈਕਸ਼ਨ ਲੜੋ।